रोडवेज के कच्चे मुलाजमान की अज तो हड़ताल होगी। 3 दिन की हड़ताल रोडवेज मुलाजमान ने ऐलान की है। रेगुलर करन अते बराबर तनखाह पंजाब दे विच अज हड़तालों का दावा है। अज इत्थे पंजाब सिविल मैडिकल एसोसीएशन का एक रोजा हड़ताल ते ने, उत्थे ही पंजाब रोडवेज पनबस कंट्रैक्ट वर्कर्स यूनियन ते पीआरटीसी दे पीआरटीसी ते पनबस जद नहीं दिखाई देनगियां। सूबे भर दे विच 27 डिपुआं ते चक्का जाम रहेगा। रोडवेज के पान बस के ठेका मुलाजमान के वालों अज एक बार फिर जरा संघर्ष भेट दिता गया। बस अड्डे खाली करवा दिता गया। जिहड़ियां बसां डिपू के बाहर जा रही थी उन्होंने फिर रुकवा दिता गया। आज से सरकारी बसों पर ब्रेक लग रहेगी। इसके साथ ही पनबस और पीआरटीसी कर्मचारी आज से हड़ताल पर है। 30 जून तक रोडवेज कर्मचारियों की अज तो लगभग 4 साल पहला की सवेर भी अज जानी 2021 वर्गी ही सी। मीडिया च हर घर मोहल्ले जां दुकान ते यही शोर सुनाई दे रहा सी जो तुसीं हुणे हुणे सुनिया। पंजाब भर च कानून अते अर्थव्यवस्था ते सवाल उठ रहे सन। लखां बेरोजगार अध्यापक कच्चे मुलाजम अते डाक्टर भी सूबे भर दीआं सड़कां ते अपने हक लैण लई भटक रहे सी। समां बदल जांदा है, चेहरे बदल जांदे ने, सरकारां बदल जांदियां ने, पर पंजाब उत्थे दा उत्थे खड़ा रह जांदा है जिथे पुरानी सरकार छड्ड के जांदी है। दरअसल इन्ने दिनी पूरे सूबे भर च रोडवेज दा चक्का जाम हो चुका है। रोडवेज लई काम करदे सारे कच्चे मुलाजम हड़ताल कर रहे ने। मुलाजमां वल्लों कई थावां ते सरकारी बस डिपू अते बस स्टैंड भी बिल्कुल बंद कर दिते गए ने। कच्चे मुलाजमां दा कहना है कि सरकार ने उन्हां नूं पक्की नौकरी देण दा वादा कीता सी जिस तों हुण पूरी तरह मुकर रही है। ਅਸੀਂ ਪਿਛਲੇ ਤਕਰੀਬਨ 15 ਸਾਲਾਂ ਤੋਂ ਪੀਆਰਟੀਸੀ ਦੇ ਪਨਬਸ ਵਿੱਚ ਕੰਟਰੈਕਟ ਤੇ ਆਊਟਸੋਰਸ ਤੇ ਕੰਮ ਕਰ ਰਹੇ ਹਾਂ। ਅਸੀਂ ਲਗਾਤਾਰ ਮੰਗ ਕਰਦੇ ਆ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ, ਪਰ ਜਿਹੜੀ ਸਰਕਾਰ ਆ ਇਹ ਤਾਲਮਟੋਲ ਦੀ ਨੀਤੀ ਤੇ ਲਾਰੇ ਲੱਪਿਆਂ ਦੀ ਨੀਤੀ ਤੇ ਲੱਗੀ ਹੋਈ ਆ, ਤਾਂ ਸਾਡੀਆਂ ਨੌਕਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੇ ਵਿੱਚ 10,000 ਜਿਹੜੀ ਬੱਸ ਆ ਨਵੀਂ ਪਾਈ ਜਾਵੇ ਤੇ ਜਿਹੜੀਆਂ ਸਾਡੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਿਪੋਰਟਾਂ ਦੀਆਂ ਮਾਰੂ ਕੰਡੀਸ਼ਨਾਂ ਲਾ ਕੇ ਜਿਹੜੇ ਸਾਡੇ ਵਰਕਰ ਡਿਊਟੀਆਂ ਤੋਂ ਫਾਰਗ ਕਰਕੇ ਘਰ ਪਾਏ ਉਹਨਾਂ ਨੂੰ ਤੁਰੰਤ ਬਾਹਰ ਕਰਕੇ ਡਿਊਟੀ 'ਤੇ ਲਿਆ ਜਾਵੇ। ਜੇਕਰ ਸਰਕਾਰ ਅਜੇ ਵੀ ਸਾਡੀਆਂ ਮੰਗਾਂ ਨਾ ਮੰਨੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਤਿੱਖੇ ਤੋਂ ਤਿੱਖਾ ਸਰਕਾਰ ਨੂੰ ਜਵਾਬ ਦੇ ਕੇ ਤੇ ਸੰਘਰਸ਼ ਜਿਹੜਾ ਉਹ ਕਾਮਯਾਬ ਬਣਾ ਕੇ ਤੇ ਸਰਕਾਰ ਤੋਂ ਇੱਕ ਠੋਕਵਾਂ ਜਵਾਬ ਲਵਾਂਗੇ। ਆਲਮ ਇਹ ਹੈ ਕਿ ਸਵਾਰੀਆਂ ਜਗ੍ਹਾ ਜਗ੍ਹਾ ਫਸੀਆਂ ਹੋਈਆਂ ਨੇ ਤੇ ਆਪਣੇ ਘਰ ਜਾਣ ਦੀ ਉਡੀਕ ਕਰ ਰਹੀਆਂ ਨੇ, ਜੋ ਕਿ ਪੰਜਾਬ ਸਰਕਾਰ ਦੇ ਕੰਮਕਾਜ ਅਤੇ ਨੀਅਤ ਤੇ ਵੱਡੇ ਸਵਾਲ ਖੜੇ ਕਰਦਾ ਹੈ। ਆਧਾ ਘੰਟਾ ਹੋ ਗਿਆ ਜੀ, ਆਧਾ ਘੰਟੇ ਸੇ ਕੋਈ ਬੱਸ ਨਹੀਂ ਆ ਰਹੀ ਪੀਆਰਟੀਸੀ ਕੀ, ਸਿਰਫ ਪਟਿਆਲਾ ਸੇ ਇੱਕ ਦੋ ਬੱਸ ਆਈ ਹੈ, ਪਾਤੜਾਂ ਕੀ ਤਰਫ ਸੇ ਕੋਈ ਬੱਸ ਨਹੀਂ ਆਈ। ਮੇਰੇ ਡਾਕਟਰ ਕੋਲੋਂ ਅਪਾਰਟਮੈਂਟ ਲਈ ਹੋਈ ਹੈ ਪਟਿਆਲੇ ਦੀ ਕੱਲ੍ਹ ਦੀ, ਅੱਜ ਮੈਂ 8:30 ਵਜੇ ਪਟਿਆਲੇ ਪਹੁੰਚਣਾ ਸੀ ਤੇ ਕੋਈ ਬੱਸ ਆ ਨਹੀਂ ਰਹੀ, ਬੜੀ ਦਿੱਕਤ ਆ ਰਹੀ ਹੈ। ਹੜਤਾਲਾਂ ਇਸ ਕਰਕੇ ਹੁੰਦੀਆਂ ਨੇ ਵੀ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਿਹੜੇ ਰੁਜ਼ਗਾਰ ਤੇ ਲੱਗੇ ਹੋਏ ਨੇ ਉਹਨਾਂ ਨੂੰ 8,000-5,000 ਰੁਪਇਆ ਸਰਕਾਰ ਦੇ ਕੇ ਉਹਨਾਂ ਦਾ ਸ਼ੋਸ਼ਣ ਕਰਦੀ ਹੈ, ਫਿਰ ਹੜਤਾਲਾਂ ਕਰਨੀਆਂ ਪੈਂਦੀਆਂ ਨੇ, ਭੁੱਖੇ ਮਰ ਰਹੇ ਨੇ ਬੱਚੇ ਜੀ। ਇਸ ਦੇ ਨਾਲ ਹੀ ਸਰਕਾਰ ਤੇ ਹੋਰ ਦਬਾਅ ਬਣਾਉਣ ਲਈ ਹੁਣ ਆਮ ਆਦਮੀ ਪਾਰਟੀ ਵੀ ਮੈਦਾਨ 'ਚ ਨਿਤਰੀ ਹੈ। ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ 'ਚ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਸਾਰੇ ਕੱਚੇ ਮੁਲਾਜ਼ਮਾਂ ਦੇ ਨਾਲ ਹੈ। ਕੈਪਟਨ ਸਰਕਾਰ ਤੇ ਤਿੱਖਾ ਵਾਰ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਟਰਾਂਸਪੋਰਟ ਮਾਫੀਆ ਨੂੰ ਪ੍ਰਫੁੱਲਿਤ ਕਰ ਰਹੀ ਹੈ ਜਦੋਂ ਕਿ ਪੰਜਾਬ ਰੋਡਵੇਜ਼ ਦਿਨੋਂ ਦਿਨ ਡੁੱਬਦੀ ਜਾ ਰਹੀ ਹੈ। ਅੱਜ ਪੰਜਾਬ ਤੇ ਲੱਖਾਂ ਹੀ ਰੋਡਵੇਜ਼ ਦੇ ਪਨਬਸ ਦੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ ਇਹਨਾਂ ਮਹਿਕਮਿਆਂ ਦੇ ਵਿੱਚ ਸਰਵਿਸ ਕਰ ਰਹੇ ਸੀਗੇ ਉਹ ਸਾਰੇ ਧਰਨਿਆਂ ਤੇ ਨੇ, ਸਾਰੇ ਪ੍ਰੋਟੈਸਟ ਕਰ ਰਹੇ ਨੇਗੇ, ਔਰ ਬੜੀ ਜਾਇਜ਼ ਮੰਗ ਜਿਹੜੀ ਜਾਇਜ਼ ਮੰਗ ਆ ਜਿਹਦਾ ਵਾਅਦਾ 2017 ਦੇ ਵਿੱਚ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਨੇ ਕੀਤਾ ਸੀਗਾ ਕਿ ਮੈਂ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰੂੰਗਾ, ਚਾਹੇ ਉਹ ਡਰਾਈਵਰ ਨੇ, ਚਾਹੇ ਕੰਡਕਟਰ ਨੇ, ਚਾਹੇ ਵਰਕਸ਼ਾਪਾਂ 'ਚ ਕੰਮ ਕਰਨ ਵਾਲੇ ਨੌਜਵਾਨ ਨੇਗੇ। ਪਰ ਲੇਕਿਨ 4.5 ਸਾਲ ਦਾ ਸਮਾਂ ਬੀਤ ਗਿਆ, ਅੱਜ ਤੱਕ ਉਹਨਾਂ ਮੁਲਾਜ਼ਮਾਂ ਦੀ ਕੈਪਟਨ ਸਾਹਿਬ ਨੇ ਕਾਂਗਰਸ ਪਾਰਟੀ ਨੇ ਕੋਈ ਸਾਰ ਨਹੀਂ ਲਈ, ਪੰਜਾਬ ਸਰਕਾਰ ਨੇ ਕੋਈ ਸਾਰ ਨਹੀਂ ਲਈ। ਆਮ ਆਦਮੀ ਪਾਰਟੀ ਇਹਨਾਂ ਸਾਰੇ ਕਾਮਿਆਂ ਦੀ ਹੜਤਾਲ ਦੀ ਹਮਾਇਤ ਕਰਦੀ ਆ, ਸਮਰਥਨ ਕਰਦੀ ਆ, ਔਰ ਦੂਜੇ ਪਾਸੇ ਕੈਪਟਨ ਸਾਹਿਬ ਨੂੰ ਤਾੜਨਾ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਰੰਤ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਸਾਰੇ ਮੁਲਾਜ਼ਮ ਦੀਆਂ ਮੰਗਾਂ ਮੰਨੀਆਂ ਜਾਣ ਸਾਰੇ, ਕਿਉਂਕਿ ਜਿਹੜਾ ਮਾਫੀਆ ਸੁਖਬੀਰ ਸਿੰਘ ਬਾਦਲ ਚਲਾ ਰਿਹਾ ਸੀਗਾ, ਟਰਾਂਸਪੋਰਟ ਮਾਫੀਆ ਬਾਦਲ ਸਰੂਪ ਸਾਹਿਬ ਚਲਾ ਰਹੇ ਸੀਗੇ, ਅੱਜ ਉਹ ਸਾਰਾ ਟਰਾਂਸਪੋਰਟ ਮਾਫੀਆ ਜਿਹੜਾ ਕੈਪਟਨ ਸਾਹਿਬ ਚਲਾ ਰਹੇ ਨੇ, ਇਹੀ ਕਾਰਨ ਆ ਕਿ ਅੱਜ ਟਰਾਂਸਪੋਰਟ ਮਾਫੀਆ ਦੇ ਸਾਹਮਣੇ ਸਰਕਾਰ ਝੁੱਕ ਗਈ, ਕੈਪਟਨ ਸਾਹਿਬ ਝੁੱਕ ਗਏ, ਔਰ ਜਿਹੜੇ ਹੱਕੀ ਕਾਮੇ ਨੇਗੇ ਉਹ ਸੰਘਰਸ਼ ਕਰ ਰਹੇ ਨੇਗੇ, ਹੱਕੀ ਕਾਮਿਆਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਔਰ ਦੂਜੇ ਪਾਸੇ
ਜਿਹੜਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਪੰਜਾਬ ਵਿੱਚ ਟਰਾਂਸਪੋਰਟ ਜਿਹੜੀ ਪ੍ਰਾਈਵੇਟ ਟਰਾਂਸਪੋਰਟ ਆ ਉਹ ਜਾਂ ਬਾਦਲ ਪਰਿਵਾਰ ਦੀ ਆ ਜਾਂ ਕਾਂਗਰਸੀਆਂ ਦੀ ਆ ਜਾਂ ਹੋਰ ਪਰਿਵਾਰਾਂ ਦੀ ਆ, ਅੱਜ ਉਸ ਟਰਾਂਸਪੋਰਟ ਮਾਫੀਏ ਦੇ ਕਾਰਨ ਸਾਡੇ ਨੌਜਵਾਨਾਂ ਨੂੰ ਸੜਕਾਂ 'ਤੇ ਰੋਲਾ ਪੈ ਰਿਹਾ, ਸਾਡੇ ਨੌਜਵਾਨ ਨੂੰ ਸੰਘਰਸ਼ ਕਰਨਾ ਪੈ ਰਿਹਾ। ਆਮ ਆਦਮੀ ਪਾਰਟੀ ਇਹਨਾਂ ਸਾਰੇ ਮੁਲਾਜ਼ਮਾਂ ਦੇ ਨਾਲ ਆ, ਡਟ ਕੇ ਖੜੀ ਆ। ਜਿਸ ਤਰ੍ਹਾਂ ਦਾ ਵੀ ਪ੍ਰੋਗਰਾਮ ਲਿਖਣਗੇ ਆਮ ਆਦਮੀ ਪਾਰਟੀ ਵੱਧ ਚੜ ਕੇ ਹਿੱਸਾ ਪਾਊਗੀ। ਆਮ ਆਦਮੀ ਪਾਰਟੀ ਹੋਵੇ ਜਾਂ ਆਮ ਲੋਕ, ਕੈਪਟਨ ਸਰਕਾਰ ਨੂੰ ਚਾਰੇ ਪਾਸੇ ਤੋਂ ਲਾਹਣਤਾਂ ਪੈ ਰਹੀਆਂ ਨੇ ਤੇ ਘੇਰ ਘੇਰ ਸਵਾਲ ਪੁੱਛੇ ਜਾ ਰਹੇ ਨੇ, ਪਰ ਜਵਾਬ 'ਚ ਉਹੀ ਚੁੱਪ ਮਿਲਦੀ ਹੈ ਜੋ ਕਿ ਸਵਾਲ ਪੁੱਛੇ ਜਾਣ 'ਤੇ ਜੁਮਲੇਬਾਜ਼ਾਂ ਦੇ ਚਿਹਰੇ 'ਤੇ ਸੰਸਦ 'ਚ ਵੀ ਵਿਖਾਈ ਦਿੰਦੀ ਹੈ। ਬਿਊਰੋ ਰਿਪੋਰਟ, ਚੰਡੀਗੜ੍ਹ।